ਸਤਿ ਸ੍ਰੀ ਅਕਾਲ। 18ਵੀਂ ਲੋਕ ਸਭਾ ਦਾ ਚੁਣਾਵ ਚੱਲ ਰਿਹਾ, ਗਠਨ ਜਲਦੀ ਹੋ ਜਾਏਗਾ, 4 ਜੂਨ ਨੂੰ ਰਿਜ਼ਲਟ ਆਉਣਗੇ, ਦੂਜੇ ਚਰਨ ਦੇ ਇਲੈਕਸ਼ਨ ਹੋਣ ਵਾਲੇ, ਫਸਟ ਹੋ ਚੁੱਕੇ ਹਨ। 5 ਦਿਨ ਪੱਲੇ ਮੋਦੀ ਜੀ ਨੇ, ਨਰਿੰਦਰ ਮੋਦੀ ਜੀ ਨੇ ਚੁਣਾਵੀ ਰੈਲੀ ਦੇ ਵਿੱਚ ਬੋਲਿਆ, ਉਹ ਜਿਹੜਾ ਬੜਾ ਪ੍ਰਚਾਰਿਤ ਵੀ ਹੋਇਆ, ਵੀ ਕਾਂਗਰਸ ਜਿਹੜੀ ਗੌਰਮੈਂਟ ਅਗਰ ਬਣਦੀ ਹੈ ਤੇ ਲੇਡੀਜ਼ ਦੇ, ਮਹਿਲਾਵਾਂ ਦੇ ਮੰਗਲ ਸੂਤਰ ਤੱਕ ਲੈ ਲਏਗੀ, ਜਿਹੜੀ ਪ੍ਰੋਪਰਟੀ ਵੀ ਹੈ ਉਸਦਾ ਡਿਸਟ੍ਰੀਬਿਊਸ਼ਨ ਜ਼ਿਆਦਾ, ਜਿਨ੍ਹਾਂ ਦੇ ਬੱਚੇ ਜ਼ਿਆਦਾ ਹੈ, ਜਾਂ ਫਿਰ ਘੁਸਪੈਠੀਆਂ ਨੂੰ ਦੇ ਦੇਗੀ। ਔਰ ਜਦੋਂ ਘੁਸਪੈਠੀਆਂ ਦੀ ਗੱਲ ਕਰਦੇ ਹਾਂ, ਔਰ ਅਸੀਂ, ਸਾਨੂੰ ਪਤਾ ਹੀ ਹੈ ਬੰਗਲਾਦੇਸ਼ ਤੋਂ, ਰੋਮਨ ਤੋਂ, ਕਿੱਥੋਂ ਕਿੰਨੇ ਕਿੰਨੇ ਲੋਕ ਆ ਰਹੇ ਆ ਔਰ ਫੜੇ ਵੀ ਜਾ ਰਹੇ ਆ। ਔਰ ਇਹ ਗੱਲ ਮੋਦੀ ਜੀ ਨੇ ਬੋਲੀ ਤਾਂ ਕਿਉਂ ਬੋਲੀ? ਔਰ ਪੰਜਾਬ ਦੇ ਵਿੱਚ ਜਦੋਂ ਇਹ ਗੱਲ ਆਈ, ਫੁਫਲਾ ਅਖਬਾਰਾਂ 'ਚ ਵੀ ਛਪੀ, ਉਹ ਸੋਸ਼ਲ ਮੀਡੀਆ ਦੇ ਵਿੱਚ ਆਈ, ਪਰੰਤੂ ਇੱਥੇ ਦੇ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਜਿਹਨੂੰ ਪੱਤਰਕਾਰ ਕਹਿੰਦੇ, ਸਭ ਕੁਛ ਕਹਿੰਦੇ, ਉਹਨਾਂ ਨੇ ਇੱਕ ਐਸਾ ਬੋਲਣਾ ਸ਼ੁਰੂ ਕੀਤਾ ਵੀ ਜਿੱਦਾਂ ਸ਼ਾਇਦ ਕੋਈ ਉਹਨਾਂ ਨੇ ਨਵੀਂ ਗੱਲ ਬੋਲਤੀ, ਪਰੰਤੂ ਐਸੀ ਗੱਲ ਹੈ ਵੀ ਉਹਨਾਂ ਕੋਈ ਨਾ ਨਵੀਂ ਗੱਲ ਬੋਲੀ ਹੈ, ਨਾ ਕੁਛ ਫੈਕਟਸ ਤੋਂ ਖਿਲਾਫ ਬੋਲੀ ਹੈ। ਔਰ ਸਾਡੇ ਦੋਸਤਾਂ ਨੂੰ, ਸਾਡੇ ਦਰਸ਼ਕਾਂ ਨੂੰ ਸਮਝ ਆਵੇ। ਔਰ ਉਸ ਗੱਲ ਦੇ ਵਿੱਚ ਜਦੋਂ ਉਹਨਾਂ ਨੇ ਮਨਮੋਹਨ ਸਿੰਘ ਦਾ ਜ਼ਿਕਰ ਕੀਤਾ, ਤਾਂ ਮਨਮੋਹਨ ਸਿੰਘ ਦੇ ਬਾਰੇ ਕਿਉਂ ਬੋਲਿਆ? ਮਨਮੋਹਨ ਸਿੰਘ ਨੇ 2006 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਮੀਟਿੰਗ ਦੇ ਵਿੱਚ, ਨੈਸ਼ਨਲ ਜਨਰਲ ਕੌਂਸਲ ਦੀ ਮੀਟਿੰਗ ਸੀਗੀ, ਉਸ ਦੇ ਵਿੱਚ ਕੀ ਗੱਲ ਬੋਲੀ? ਉਸ ਦੇ ਵਿੱਚ ਬੋਲਿਆ ਵੀ ਜਿਹੜਾ ਸਾਡੇ ਸੰਸਾਧਨ ਹੈ ਉਹਦੇ ਵਿੱਚ ਪਹਿਲਾ ਅਧਿਕਾਰ ਕਿਹਦਾ ਹੋਵੇ? ਮਨਿਓਰਟੀਜ਼ ਦਾ ਹੋਵੇ, ਔਰ ਉਹਦਾ ਮੁਸਲਿਮਸ ਨੂੰ ਮਿਲੇ। ਉਸ ਤੋਂ ਬਾਅਦ ਇਹ 20 ਸੈਕਿੰਡ ਦੀ ਵੀਡੀਓ ਹੈ, ਮੈਂ ਤੁਹਾਨੂੰ ਦਿਖਾਵਾਂਗਾ ਬਈ, ਔਰ ਇਹਦੇ ਵਿੱਚ ਚਲਾਵਾਂਗਾ ਬਈ। ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ, ਕਿਉਂਕਿ 2009 ਦਾ ਇਲੈਕਸ਼ਨ ਹੋਇਆ, ਲੋਕ ਸਭਾ ਦਾ ਇਲੈਕਸ਼ਨ ਹੋਇਆ, 2009 ਦੇ ਵਿੱਚ ਉਹਨਾਂ ਨੂੰ ਉਹਦੇ ਫਰੂਟਸ ਵੀ ਮਿਲੇ, ਸਰਕਾਰ ਦੁਆਰਾ ਬਣੀ ਵੀ, ਸਭ ਕੁਛ ਹੋਇਆ। ਔਰ ਮਨਮੋਹਨ ਸਿੰਘ ਜੀ ਦੀ ਸਰਕਾਰ ਦੁਆਰਾ ਬਣਨ ਤੋਂ ਬਾਅਦ ਆਪਾਂ ਨੂੰ ਯਾਦ ਹੋਇਆ, ਵੱਖ ਵੋਟ ਦੇ ਵਿੱਚ ਇਹਨਾਂ ਨੇ ਅਮੈਂਡਮੈਂਟਸ ਕੀਤੀਆਂ। ਉਸ ਅਮੈਂਡਮੈਂਟ ਦੇ ਵਿੱਚ ਕੀ ਚੀਜ਼ਾਂ ਲਿਖੀਆਂ? ਅਮੈਂਡਮੈਂਟ ਦੇ ਵਿੱਚ ਇੱਥੇ ਤੱਕ ਆ ਗਿਆ ਵੀ ਇਹ ਜਿਹੜੀ ਵੀ ਪ੍ਰੋਪਰਟੀ ਦੇ ਹੱਥ ਰੱਖੇਗਾ ਵੱਖ ਵੋਟ, ਉਹ ਪ੍ਰੋਪਰਟੀ ਦੇ ਵਿੱਚ ਉਹਦੀ ਹੋ ਜਾਏਗੀ, ਪਰੰਤੂ ਜੇ ਅਗਰ ਕਿਸੇ ਨੂੰ ਇਤਰਾਜ਼ ਹੈ, ਉਹ ਇਤਰਾਜ਼ ਕਰਨ ਵਾਲਾ ਦੱਸੇਗਾ ਵੀ ਉਸ ਨੂੰ ਇਤਰਾਜ਼ ਕਿਉਂ ਹੈ ਔਰ ਉਸਦੀ ਪ੍ਰੋਪਰਟੀ ਆਪਣੀ ਹੈ, ਮਤਲਬ ਕਿ ਜਿਹੜਾ ਓਨਸ ਹੈ, ਪ੍ਰੂਫ ਕਰਨ ਦਾ ਓਨਸ ਸਾਰਾ ਦਾ ਸਾਰਾ ਜਿਹਦੀ ਪ੍ਰੋਪਰਟੀ ਹੈ ਉਹ ਦੱਸੇਗਾ, ਵੱਖ ਵੋਟ ਨਹੀਂ ਦੱਸੇਗਾ। ਔਰ ਇੱਕ ਤਰ੍ਹਾਂ ਨਿਆਂ ਕਾਨੂੰਨ ਲਿਆ, ਔਰ ਤੁਹਾਨੂੰ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, 2013 ਦੇ ਵਿੱਚ ਦਿੱਲੀ ਦੀ ਕਿੰਨੀਆਂ ਪ੍ਰੋਪਰਟੀਆਂ ਮਨਮੋਹਨ ਸਿੰਘ ਗੌਰਮੈਂਟ ਇਹਨਾਂ ਨੂੰ ਵੱਖ ਵੋਟ ਨੂੰ ਟ੍ਰਾਂਸਫਰ ਕਰ ਗਈ, ਔਰ ਲਗਭਗ ਸਿਰਫ ਖੁਸ਼ ਕਰਨ ਲਈ। ਦੂਜੀ ਗੱਲ, ਆਪਾਂ ਨੂੰ ਯਾਦ ਵੀ ਹੋਏਗਾ, ਜਦੋਂ ਇਹ ਸਰਕਾਰ ਬਣੀ 2003 ਤੋਂ ਲੈ ਕੇ 2014 ਦੇ ਵਿੱਚ, ਇੱਕ ਕਾਮਨਲ ਐਂਡ ਟਾਰਗੇਟਡ ਵਾਇਲੈਂਸ ਐਕਟ 2005 ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਸੀ। ਉਹਦੇ ਵਿੱਚ ਕੀ ਸੀਗਾ ਵੀ ਜੇ ਅਗਰ ਵਾਇਲੈਂਸ ਹੁੰਦੀ ਹੈ, ਟਾਰਗੇਟਡ ਵਾਇਲੈਂਸ ਹੁੰਦੀ ਹੈ, ਜੇ ਅਗਰ ਇਨ ਕੈਟਾਗਰੀ ਦਾ ਆਦਮੀ ਬੋਲ ਦਿੰਦਾ ਵੀ ਇਸਨੇ ਕੀਤਾ ਹੈ, ਤੇ ਉਸਦੇ ਉੱਪਰ ਸਿੱਧਾ ਪ੍ਰੂਫ ਹੋ ਜਾਂਦਾ, ਮਤਲਬ ਕਹਿਣ ਦਾ ਮਤਲਬ ਜੇ ਅਗਰ ਲੜਾਈ ਹੁੰਦੀ ਹੈ, ਅਗਰ ਮੁਸਲਮਾਨ ਕਹਿੰਦਾ ਵੀ ਇਹਨੇ ਹਿੰਦੂ ਨੇ ਮੈਨੂੰ ਮਾਰਿਆ ਤੇ ਜਾਂ ਇਹਨੇ ਮੇਰੇ ਨਾਲ ਟਾਰਗੇਟਡ ਵਾਇਲੈਂਸ ਕੀਤੀ ਹੈ, ਤੇ ਉਸਨੂੰ ਪ੍ਰੂਫ, ਉਸਨੂੰ ਨਹੀਂ, ਪ੍ਰੋਸੀਕਿਊਸ਼ਨ ਨੂੰ ਨਹੀਂ ਕਰਨਾ, ਉਸਨੂੰ ਪ੍ਰੂਫ ਕਰਨਾ ਵੀ ਮੈਂ ਨਹੀਂ ਮਾਰਿਆ, ਹਿੰਦੂ ਨੂੰ ਪ੍ਰੂਫ ਕਰਨਾ। ਇਸ ਬਿੱਲ ਦਾ ਬੜਾ ਅਪੋਜ ਹੋਇਆ ਸੀ ਪਾਰਲੀਮੈਂਟ ਦੇ ਵਿੱਚ, ਬੀਜੇਪੀ ਨੇ ਬਹੁਤ ਅਪੋਜ ਕੀਤਾ ਸੀ, ਉਹ ਬਿੱਲ ਪਾਸ ਨਹੀਂ ਹੋ ਸਕਿਆ। ਜੇ ਅਗਰ ਬਿੱਲ ਪਾਸ ਹੋ ਗਿਆ ਹੁੰਦਾ ਤਾਂ ਅੱਜ ਜਿਹੜੀ ਸਾਡੀ ਹਾਲਤ, ਮੋਦੀ ਜੀ ਨੇ 2-3 ਰੈਫਰੈਂਸ ਦਿੱਤੇ ਆ, ਤੇ ਬਹੁਤ ਗੜਬੜ ਹੋਣੀ ਸੀਗੀ, ਬਹੁਤ ਦੇਸ਼ ਨੂੰ ਤਾਰ ਤਾਰ ਕਰਨ ਦੀ ਯੋਜਨਾ ਬਣੀ ਹੋਈ ਸੀ। ਕਾਂਗਰਸ ਸ਼ੁਰੂ ਤੋਂ ਇਹ ਕੰਮ ਕਰਦੀ ਆ ਰਹੀ ਹੈ, ਔਰ ਕਿਉਂ ਕਰਦੀ ਆ ਰਹੀ ਹੈ? ਕਿਉਂਕਿ ਉਹਨੂੰ ਲੱਗਦਾ ਵੀ ਉਹਦਾ ਵੋਟ ਬੈਂਕ ਹੈ, ਔਰ ਕਦੀ ਉਹਨੇ ਕੰਟਰੀ ਦੀ ਇੱਕ ਰਸਤੇ ਕਦੀ ਬਿਲੀਵ ਹੀ ਨਹੀਂ ਕੀਤਾ। ਠੀਕ ਹੈ, ਡਾਕਟਰ BR ਅੰਬੇਡਕਰ ਦੇ ਕਾਰਨ ਪਾਰਲੀਮੈਂਟ ਦਾ ਜਦੋਂ ਸੰਵਿਧਾਨ ਬਣਿਆ, ਇੰਨਾ ਸਾਡਾ ਮਜ਼ਬੂਤ ਸੰਵਿਧਾਨ ਬਣਿਆ ਵੀ ਉਸਨੂੰ ਤੋੜਨ ਦੇ ਤੋੜਦੇ ਵੀ ਉਹਨੂੰ ਬਹੁਤ ਚੀਜ਼ ਟਾਈਮ ਲੱਗ ਗਿਆ, ਪਰੰਤੂ ਉਹਨੇ ਅਨਆਫਿਸ਼ਲੀ
ਕਈ ਚੀਜ਼ਾਂ ਐਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਾਅਦ ਚੋਂ ਉਹਨੂੰ ਸੰਵਿਧਾਨ ਦਾ ਪਹਿਰਾਵਾ ਬਣਾ ਕੇ ਦੇਸ਼ ਨੂੰ ਤੋੜਨ ਦਾ ਬਹੁਤ ਯਤਨ ਕੀਤਾ। ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ, ਮੈਂ ਤੁਹਾਨੂੰ ਮਨਮੋਹਨ ਸਿੰਘ ਜੀ ਦਾ ਬਿਆਨ ਸੁਣਾ ਵੀ ਦਿੰਦਾ, ਉਸ ਤੋਂ ਬਾਅਦ ਮੈਂ ਰਾਹੁਲ ਗਾਂਧੀ ਨੇ ਇੱਕ ਹੋਰ ਗੱਲ ਬੋਲੀ। ਰਾਹੁਲ ਗਾਂਧੀ ਕੀ ਬੋਲਦਾ ਹੈ ਆਪਣੀ ਚੁਣਾਵੀ ਰੈਲੀ ਦੇ ਵਿੱਚ, ਵੀ ਅਸੀਂ ਵੈਲਥ ਡਿਸਟ੍ਰੀਬਿਊਟ ਕਰਾਂਗੇ। ਵੈਲਥ ਡਿਸਟ੍ਰੀਬਿਊਟ ਕਿੱਦਾਂ ਕਰਾਂਗੇ? ਵੈਲਥ ਡਿਸਟ੍ਰੀਬਿਊਟ ਇੱਦਾਂ ਕਰਾਂਗੇ ਵੀ ਅਸੀਂ ਸਾਰਿਆਂ ਦੀ ਕੈਲਕੂਲੇਸ਼ਨ ਕਰਾਂਗੇ, ਉਸ ਤੋਂ ਬਾਅਦ ਉਸ ਵੈਲਕੂਲੇਸ਼ਨ ਨੂੰ ਮਾਈਨੋਰਟੀ ਦੇ ਵਿੱਚ ਉਹਨਾਂ ਨੂੰ ਵੰਡ ਦਿੱਤਾ ਜਾਵੇਗਾ। ਔਰ ਇਸ ਤਰ੍ਹਾਂ ਤੋਂ ਬਾਅਦ ਕੱਲ੍ਹ ਸੈਮ ਪੋਤਰਾ ਦਾ, ਪਿਤਰੋ ਦਾ ਜਿਹੜਾ ਇਹਨਾਂ ਦਾ ਗੁਰੂ ਹੈ, ਉਹਦਾ ਵੀ ਬਿਆਨ ਆ ਗਿਆ ਵੀ 55% ਜਿਹੜੀ ਹੈਗੀ ਪ੍ਰੋਪਰਟੀ ਉਹ ਸਰਕਾਰ ਕੋਲ ਚੱਲ ਜਾਏਗੀ। ਇੱਕ ਐਸਾ ਸੀ ਜਿਹੜਾ ਜਿਹਨਾਂ ਕੋਲ ਪ੍ਰੋਪਰਟੀ ਹੈਗੀ। ਇਸ ਤਰ੍ਹਾਂ ਦੇ ਕੰਮ ਕਰਨੇ ਔਰ ਬੋਲਣਾ, ਇਸ ਦੇ ਨਾਲ ਸਾਰਾ ਕੁਛ ਸਮਝ ਆ ਰਿਹਾ। ਪਹਿਲੇ ਸਾਡੇ ਤੋਂ ਪਾਕਿਸਤਾਨ ਚਲੇ ਗਿਆ, ਬੰਗਲਾਦੇਸ਼ ਚਲੇ ਗਿਆ, ਹਾਲੇ ਵੀ ਤੁਸੀਂ ਪ੍ਰੋਪਰਟੀ ਦਾ ਜਿਹੜਾ ਹੈਗਾ, ਜਿਹੜਾ ਸਭ ਕੁਛ ਦੋਹਨ, ਸਭ ਕੁਛ, ਸਭ ਤੋਂ ਮੈਕਸੀਮਮ ਪਾਰਟ ਸਾਡਾ ਦੇਸ਼ ਦਾ ਟੁੱਟ ਚੁੱਕਾ ਹੈ ਔਰ ਅੱਛਾ ਪਾਰਟ ਸਾਡਾ ਜਿਹੜਾ ਉਪਜਾਊ ਭੂਮੀ ਸਾਰੀ ਜਾ ਚੁੱਕੀ ਹੈ। ਉਸ ਤੋਂ ਬਾਵਜੂਦ ਵੀ ਜਦੋਂ ਹੁਣ ਅਸੀਂ ਇੰਨਾ ਡਿਵੈਲਪ ਕਰ ਰਹੇ ਹਾਂ, ਸਭ ਕੁਛ ਅੱਗੇ ਜਾ ਰਹੇ ਹਾਂ, ਉਸ ਨੂੰ ਵੀ ਤੋੜਨ ਦੀ ਯੋਜਨਾ ਕਰ ਰਹੇ ਹਾਂ। ਔਰ ਮੈਨੂੰ ਤਾਂ ਟੋਟਲੀ ਦੇ ਟੋਟਲੀ ਜਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਸਮੇਂ ਕੈਂਡੀਡੇਟ, ਪੰਜਾਬ ਦੇ ਵੀ ਕਈ ਵਾਰ ਕੈਂਡੀਡੇਟ ਲੱਗਦੇ ਆ, ਕਾਂਗਰਸ ਦੇ ਉਹ ਅਰਬਨ ਨੈਕਸਸ ਦੀ ਤਰ੍ਹਾਂ ਸੋਚਦੇ ਆ, ਉਹ ਸਭ ਕਰਦੇ ਆ। ਇਹ ਆਪਾਂ ਨੂੰ ਸੋਚਣਾ ਕਿ ਆਪਾਂ ਇਹਨਾਂ ਦੀ ਸਪੋਰਟ ਕਰਨੀ ਹੈ ਕਿ ਨਹੀਂ ਕਰਨੀ, ਔਰ ਸਾਨੂੰ ਵਿਜਿਲ ਹੋ ਕੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਚੰਡੀਗੜ੍ਹ ਨੂੰ ਅੱਗੇ ਲੈ ਕੇ ਜਾਣਾ। ਅਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮਨਮੋਹਨ ਸਿੰਘ ਦੇ ਬਾਰੇ, ਉਹ ਜਰਾ ਤੁਸੀਂ ਸੁਣ ਵੀ ਸਕਦੇ ਹੋ, ਉਹ ਮੈਂ ਤੁਹਾਨੂੰ ਸੁਣਾ ਵੀ ਰਿਹਾ ਆਪਣੀ ਸ਼ੇਅਰ ਸਕਰੀਨ ਕਰ ਰਿਹਾ, ਤੇ ਤੁਸੀਂ ਦੇਖੋ ਉਸਦੇ ਨਾਲ ਨਾਲ ਮੈਂ ਨੀਚੇ ਕਮੈਂਟਸ ਵੀ ਦਿੱਤੇ ਹੋਏ ਆ। ਵੀ ਵਿਲ ਹੈਵ ਟੂ ਡਿਵਾਈਸ ਇਨੋਵੇਟਿਵ ਪਲਾਨਸ ਟੂ ਇਨਸ਼ੋਰ ਦੈਟ ਮਾਈਨੋਰਿਟੀਜ਼, ਪਾਰਟਿਕੂਲਰਲੀ ਦ ਮੁਸਲਿਮ ਮਾਈਨੋਰਿਟੀ, ਆਰ ਐਮਪਾਵਰਡ ਟੂ ਸ਼ੇਅਰ ਇਕੁਇਟੀਬਲੀ ਇਨ ਦ ਫਰੂਟਸ ਆਫ ਡਿਵੈਲਪਮੈਂਟ। ਦੇ ਮਸਟ ਹੈਵ ਦ ਫਸਟ ਕਲੇਮ ਔਨ ਆਵਰ ਰਿਸੋਰਸਿਸ। ਤੁਸੀਂ ਸੁਣਿਆ ਜੋ ਮੈਂ ਬੋਲਿਆ ਸੀਗਾ ਵੀ ਫਸਟ ਰਿਸੋਰਸਿਸ ਤੇ ਕਿਹਦਾ ਜ਼ੋਰ ਚੱਲੇਗਾ, ਕਿਹਨੂੰ ਆਪਾਂ ਦੇਵਾਂਗੇ? ਮੁਸਲਿਮ ਸੁਣਦਾ, ਇਹ ਮਨਮੋਹਨ ਸਿੰਘ ਜੀ ਨੇ ਬੋਲਿਆ। ਉਸ ਤੋਂ ਬਾਅਦ ਇਹਨਾਂ ਨੇ ਮੈਂ ਦੱਸਿਆ 2000 ਉਸੇ ਤਕਰੀਬਨ ਕਾਮਨਵੈਲਥ ਬੈਲੈਂਸ ਬਿੱਲ ਵੀ ਲੈ ਕੇ ਆਏ, ਜਿਹਦਾ ਬੀਜੇਪੀ ਨੇ ਬੜਾ ਅਪੋਜ਼ ਕੀਤਾ, ਨਹੀਂ ਪਾਸ ਹੋਇਆ, ਨਹੀਂ ਤਾਂ ਅੱਜ ਪਾਸ ਹੋ ਜਾਂਦਾ ਸਾਡਾ ਬੜਾ ਬੁਰਾ ਹਾਲ ਹੋਣਾ ਸੀ, ਦੇਸ਼ ਦਾ ਬੜਾ ਬੁਰਾ ਹਾਲ ਹੋਣਾ ਸੀ। ਉਸ ਤੋਂ ਬਾਅਦ ਇਹਨਾਂ ਨੇ 2013 ਦੇ ਵਿੱਚ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਵੱਖ ਵੋਰਡ ਦੇ ਵਿੱਚ ਇੰਨੀ ਜ਼ਿਆਦਾ ਅਮੈਂਡਮੈਂਟ ਕਰਤੀ ਸੀਗੀ ਵੀ ਜਿਹੜੀ ਵੀ ਪ੍ਰੋਪਰਟੀ ਨੂੰ ਬੋਰਡ ਹੱਥ ਲਾਏਗਾ ਉਹ ਪ੍ਰੋਪਰਟੀ ਉਹਦੀ ਹੋ ਜਾਏਗੀ। ਫਿਰ ਜਾਂਦੇ ਜਾਂਦੇ ਇਹਨਾਂ ਨੇ ਦਿੱਲੀ ਦੇ ਵਿੱਚ 100 ਤੋਂ ਉੱਪਰ ਪ੍ਰੋਪਰਟੀਆਂ ਦਿੱਤੀਆਂ। ਇਸ ਤੋਂ ਬਾਅਦ ਤੁਸੀਂ ਜਿੱਦਾਂ ਮੈਂ ਕਿਹਾ ਸੀਗਾ ਵੀ ਰਾਹੁਲ ਗਾਂਧੀ ਦਾ ਬਿਆਨ ਹੈ, ਉਹਨਾਂ ਨੂੰ ਦੇਸ਼ ਦਾ ਐਕਸਰੇ ਕਰ ਦੇਣਗੇ, ਦੁੱਧ ਕਾ ਦੁੱਧ ਪਾਣੀ ਕਾ ਪਾਣੀ ਹੋ ਜਾਏਗਾ, ਮਾਈਨੋਰਿਟੀਜ਼ ਕੋ ਪਤਾ ਲੱਗ ਜਾਏਗਾ ਕਿ ਇਸ ਦੇਸ਼ ਮੇ ਉਨਕੀ ਭਾਗੀਦਾਰੀ ਕਿਤਨੀ ਹੈ। ਇਸ ਕੇ ਬਾਅਦ ਹਮ ਫਾਈਨੈਂਸ਼ੀਅਲ ਔਰ ਇੰਸਟੀਟਿਊਸ਼ਨਲ ਸਰਵੇ ਕਰੇਂਗੇ, ਅਦੇ ਵਿਧੰਗਾ ఆర్థిక పరమైన వ్యవస్థకు అయిన సర్వే కూడా చేయించబోతున్నాము. ఏ పతా లగాయేంగే హిందూ కిస్కే హాతో మే హై, కౌన్సే వర్గ కే హాత్ మే హై, ఔర్ ఇస్ ఐతిహాసిక్ కదమ్ కే బాద్ హమ్ క్రాంతికారి కామ్ శురూ కరేంగే, జో ఆప్కా హక్ బన్తా హై వో హమ్ ఆప్కే లియే ఆప్కో దేనే కా కామ్ కరేంగే। మన్మోహన్ సింగ్ ఫిర్ ఉస్ తో రాహుల్ గాంధీ కీ చీజా బోల్ రహే హై, ఔర్ ਜਿਹੜੀ ਗੱਲਾਂ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਉਹ ਬੋਲਿਆ। ਇਸੀ ਕਰਕੇ ਜਦੋਂ ਮੋਦੀ ਜੀ ਨੇ ਬੋਲਿਆ, ਸਾਡੇ ਮਨ ਦੀ ਗੱਲ ਬੋਲੀ, ਉਹ ਇੱਕ ਵਾਰੀ ਇਸ ਦਰਸ਼ਕਾਂ ਨੂੰ ਸੁਣ ਵੀ ਲੈਣੀ ਚਾਹੀਦੀ ਹੈ, ਮੈਂ ਸੁਣਾ ਵੀ ਦਿੰਦਾ ਤਾਂ ਕਿ ਸਾਨੂੰ ਪਤਾ ਵੀ ਲੱਗੇ ਵੀ ਆਪਾਂ ਕਿਸ ਦੇ ਲਈ ਸੋਚ ਕੇ ਔਰ ਆਪਣੇ ਆਪ ਨੂੰ ਦੇਸ਼ ਨੂੰ ਕਿਸ ਦਿਸ਼ਾ 'ਤੇ ਲੈ ਕੇ ਜਾਣਾ,
ਨਹੀਂ ਤਾਂ ਅਸੀਂ ਐਸੀ ਤਾਕਤਾਂ ਦੇ ਹੱਥ 'ਚ ਪੈ ਦਾਂਗੇ ਜਿਹੜਾ ਦੇਸ਼ ਨੂੰ ਤੋੜਨ ਵਾਲੇ ਆ। ਤੁਸੀਂ ਧਿਆਨ ਨਾਲ ਮੋਦੀ ਜੀ ਦੀ ਵੀ ਗੱਲ ਸੁਣੋ, ਉਸ ਤੋਂ ਬਾਅਦ ਆਪਣਾ ਮਨ ਬਣਾਓ ਕਿਆ ਤੁਸੀਂ ਕਰਨਾ। ਔਰ ਪਹਿਲੇ ਜਬ ਉਨਕੀ ਸਰਕਾਰ ਥੀ ਉਨ੍ਹੋਂਨੇ ਕਹਾ ਥਾ ਕਿ ਦੇਸ਼ ਕੀ ਸੰਪਤੀ ਪਰ ਪਹਿਲਾ ਅਧਿਕਾਰ ਮੁਸਲਮਾਨੋਂ ਕਾ ਹੈ। ਇਸਕਾ ਮਤਲਬ ਯੇ ਸੰਪਤੀ ਇਕੱਠੀ ਕਰਕੇ ਕਿਸਕੋ ਬਾਟੇਂਗੇ? ਜਿਨਕੇ ਜ਼ਿਆਦਾ ਬੱਚੇ ਹੈ ਉਨਕੋ ਬਾਟੇਂਗੇ। ਘੁਸਪੈਠੀਓ ਕੋ ਬਾਟੇਂਗੇ? ਕਿਆ ਆਪਕੀ ਮਿਹਨਤ ਕੀ ਕਮਾਈ ਕਾ ਪੈਸਾ ਘੁਸਪੈਠੀਓ ਕੋ ਦਿਆ ਜਾਏਗਾ? ਆਪਕੋ ਮਨਜ਼ੂਰ ਹੈ ਯੇ? ਯੇ ਕਾਂਗਰਸ ਕਾ ਮੈਨੀਫੈਸਟੋ ਕਹਿ ਰਹਾ ਹੈ ਕਿ ਵੋ ਮਾਤਾਓ ਬਹਿਨੋ ਕਾ ਸੋਨੇ ਕਾ ਹਿਸਾਬ ਕਰੇਂਗੇ, ਉਸਕੀ ਜੜਤੀ ਕਰੇਂਗੇ, ਜਾਣਕਾਰੀ ਲੇਂਗੇ ਔਰ ਫਿਰ ਉਸ ਸੰਪਤੀ ਕੋ ਬਾਂਟ ਦੇਂਗੇ ਔਰ ਉਨਕੋ ਬਾਟੇਂਗੇ ਜਿਨਕੋ ਮਨਮੋਹਨ ਸਿੰਘ ਜੀ ਕੀ ਸਰਕਾਰ ਨੇ ਕਹਾ ਥਾ ਕਿ ਸੰਪਤੀ ਪਰ ਪਹਿਲਾ ਅਧਿਕਾਰ ਮੁਸਲਮਾਨੋਂ ਕਾ ਹੈ। ਭਾਈਓ ਬਹਿਨੋ, ਯੇ ਅਰਬਨ ਨਕਸਲ ਕੀ ਸੋਚ ਮੇਰੀ ਮਾਤਾਓ ਬਹਿਨੋ, ਯੇ ਆਪਕਾ ਮੰਗਲ ਸੂਤਰ ਵੀ ਬਚਨੇ ਨਹੀਂ ਦੇਂਗੇ, ਯਹਾਂ ਤੱਕ ਜਾਏਂਗੇ ਮੈਂ ਕਹਿਣੇ ਆਇਆ। ਆਪਾਂ ਨੇ ਸੁਣਿਆ ਮੋਦੀ ਨੇ ਕਿਆ ਬੋਲਿਆ ਵੀ ਮੰਗਲ ਸੂਤਰ ਬਚਨ ਨਹੀਂ ਦੇਣਗੇ ਔਰ ਅਰਬਨ ਨਕਸਲ ਦੀ ਤਰ੍ਹਾਂ ਕੰਮ ਕਰ ਰਹੇ ਔਰ ਉਸ ਤੋਂ ਬਾਅਦ ਕੱਲ ਕਾਂਗਰਸ ਦੇ ਜਿਹੜੇ ਓਵਰਸੀਜ਼ ਦੇ ਪ੍ਰਧਾਨ ਹੈਗੇ ਸੈਮ ਪਰੋਦਾ ਔਰ ਬੜਾ ਜਿਨ੍ਹਾਂ ਦਾ ਨਾਮ ਮੈਂ ਨੋਟ ਵੀ ਕੀਤਾ ਸੀਗਾ, ਜਿਹੜਾ ਹਿੰਦੀ ਨਾਮ ਹੈ ਸਤ ਨਾਰਾਇਣ ਗੰਗਾ ਰਾਮ ਬੜਾਈ, ਜਿਨ੍ਹਾਂ ਨੇ ਆਪਣਾ ਨਾਮ ਬਦਲ ਕੇ ਸੈਮ ਪਤਰੋਦਾ ਕਰ ਲਿਆ ਕਿਉਂਕਿ ਉਹ ਕਾਂਗਰਸ ਦੇ ਓਵਰਸੀਜ਼ ਦੇ ਲੀਡਰ ਹੈ। ਉਹ ਦੇਖਦੇ ਹਾਂ ਉਹ ਕੀ ਬੋਲਦੇ ਹਨ ਕਿ ਐਸਾ ਕਾਨੂੰਨ ਆਵੇ ਜਿਹਦੇ ਵਿੱਚ ਜਿਹੜੀ ਪ੍ਰੋਪਰਟੀ ਦਾ 55% ਜਿਹੜਾ ਹਿੱਸਾ ਹੈ ਉਹ ਸਰਕਾਰ ਨੂੰ ਚੱਲ ਜਾਵੇ, 45% ਅੱਗੇ ਬੱਚਿਆਂ ਨੂੰ ਜਾਵੇ ਸਾਡੇ ਮਰਨ ਤੋਂ ਬਾਅਦ। ਇੱਕ ਇਸ ਤਰ੍ਹਾਂ ਦਾ ਵੀ ਕਾਨੂੰਨ ਲਾਉਣ ਦੇ ਮਨ ਦੇ ਵਿੱਚ ਇਹਨਾਂ ਦੇ ਹੈਗਾ ਤੇ ਆਪਾਂ ਸੋਚ ਸਕਦੇ ਹਾਂ ਕਿ ਇਹ ਕਾਂਗਰਸ ਪਾਰਟੀ ਸਾਨੂੰ ਕਿੱਥੇ ਤੱਕ ਲਿਜਾ ਸਕਦੀ ਹੈ। ਔਰ ਇਹ ਜਿੰਨੇ ਵੀ ਕਾਂਗਰਸ ਦੀ ਜਿਹੜੀ ਸੋਚ ਹੈ ਅਰਬਨ ਨਕਸਲ ਬਣ ਚੁੱਕੀ ਹੈ ਔਰ ਜਿੱਦਾਂ ਸਾਰਿਆਂ ਨੂੰ ਪਤਾ ਹੀ ਕਨ੍ਹੱਈਆ ਕੁਮਾਰ ਸਭ ਕੁਛ ਔਰ ਈਵਨ ਜਿਹੜੇ ਇੱਥੇ ਦੇ ਮਨੀਸ਼ ਤਿਵਾੜੀ ਜੀ ਵੀ ਹੈ, ਉਹਨਾਂ ਦੇ ਜੇ ਤੁਸੀਂ ਪਿਛਲੇ ਬਿਆਨ ਦੇਖੋਗੇ ਜਾਓਗੇ ਉਹਨਾਂ ਦੇ ਰੀਸ 'ਚ ਜਾਓਗੇ ਤੇ ਉਹ ਕੀ ਸੋਚਦੇ ਹੈ ਇਹ ਸਾਰੀ ਸਮਝ ਆ ਜਾਏਗੀ। ਇਸ ਕਰਕੇ ਆਪਾਂ ਨੂੰ ਬੜੇ ਸੋਚ ਸਮਝ ਕੇ ਔਰ ਸਾਰਾ ਕੁਛ ਦੇਸ਼ ਦਾ ਪੰਜਾਬ ਦਾ ਚੰਡੀਗੜ੍ਹ ਦਾ ਧਿਆਨ ਰੱਖ ਕੇ ਆਪਾਂ ਵੋਟਾਂ ਦੇ ਵਿੱਚ ਆਉਣਾ ਹੈ, ਇਸ ਗੱਲ ਦਾ ਧਿਆਨ ਰੱਖੀਏ। ਤੁਹਾਡੇ ਨਾਲ ਮੈਂ ਆਪਣੀ ਗੱਲ ਸਾਂਝੀ ਕੀਤੀ ਹੈ ਔਰ ਮੇਰੀ ਗੱਲ ਤੁਸੀਂ ਸੁਣੋਗੇ ਤੁਹਾਨੂੰ ਚੰਗੀ ਲੱਗੇ ਤੇ ਇਹਨੂੰ ਲਾਈਕ ਵੀ ਕਰੋ ਤੇ ਅੱਗੇ ਸ਼ੇਅਰ ਵੀ ਕਰੋ। ਸਤਿ ਸ਼੍ਰੀ ਅਕਾਲ, ਜੈ ਹਿੰਦ, ਬੰਦੇ ਮਾਤਰਮ।